ਪੁਲਿਸ ਮਾਰਨ ਦੇ ਆ ਕੇ ਲੜੂਗਾ ਉਹ ਕਈ ਦਿਨ ਹੋ ਗਏ ਪਈ ਨੂੰ ਜੁੱਤੀ ਟੁੱਟ ਰਹੀ ਆ ਮੇਖਾਂ ਜਿਹੀਆਂ ਲਾਣੀਆਂ ਦੇ ਬਾਬੇ ਕੀ ਕਰੀ ਜਾਂਦਾ ਰੋਜ ਦੌੜਦਾ ਨਾ ਚੱਕਰ ਕੀ ਹੈ ਉਹ ਤੋਰੇ ਫੇਰੇ ਚ ਟੁੱਟ ਜਾਂਦੀ ਆ ਇਹ ਜਾ ਕਿਹੜਾ ਤੋਰਾ ਫੇਰਾ ਕਰਦਾ ਮੈਨੂੰ ਸਮਝ ਨਹੀਂ ਆਉਂਦੀ ਬਸਾਂ ਹੀ ਫਿਰੀ ਜਾਂਦਾ ਦਿਨ ਰਾਤ ਤੁਰੇ ਬਾਬਾ ਦੋ ਚਾਰ ਦਿਨ ਤਾਂ ਲੰਘਣ ਘੱਟੋ ਘੱਟ ਮੈਂ ਤੈਨੂੰ ਦੱਸ ਕੇ ਹਟਿਆ ਵੀ ਮੇਰਾ ਤੋਰਾ ਫੇਰਾ ਜਾ ਦੇ ਕਿਹੜਾ ਤੋਰਾ ਫੇਰਾ ਤੇਰਾ ਮੈਨੂੰ ਸਮਝ ਨਹੀਂ ਆਇਆ ਸੱਚੀ ਗੱਲ ਹੁਣ ਤਾਂ ਮੇਰਾ ਜੀ ਉੱਤਰ ਗਿਆ ਤੇਰੀ ਜੁੱਤੀ ਕੱਟ ਕੱਟ ਕੇ ਦਾਦੇ ਮੈਂ ਜਾਣਾ ਕੰਮ ਜਾਣਾ ਬਹੁਤ ਗੱਲਾਂ ਮਾਰਦਾ ਦੇਖ ਮੇਰੀ ਗੱਲ ਸੁਣਾ ਅੱਜ ਕਿਤੋਂ ਵੀ ਜੁੱਤੀ ਟੁੱਟਣ ਯੋਗ ਨਹੀਂ ਹੈਗੀ ਜੇ ਜੁੱਤੀ ਤੋੜਦਾ ਨਾ ਦੇਖ ਲਈ ਪੈਰ ਪਿਓਗੇ ਹੈ ਪੈਰ ਪਿਓਗੇ ਰੁਪਈਏ ਇਕੱਠੀ ਦੇ ਦੀ ਹੁਣ ਤਾਂ ਮੈਨੂੰ ਨਾਲੇ ਮੈਨੂੰ ਲੋੜ ਹੈ ਫਿਰ ਚੱਲ ਠੀਕ ਹੈ ਚੰਗਾ ਪਤਾ ਨਹੀਂ ਕੀ ਕਿਹੜੇ ਦਾ ਦਰਖਤ ਤੇ ਚੜ੍ਹਦਾ ਕਿਹੜੇ ਨਾ ਬਾਬੇ ਫੇਰ ਆ ਗਿਆ ਤੂੰ ਤੇਰਾ ਰੋਜ਼ ਦੀ ਕੰਮ ਹੋ ਗਿਆ ਉਹ ਪਹਿਲਾਂ ਹੀ ਦੱਸ ਤੇਰਾ ਕੰਮ ਕਾਰ ਵਧੀਆ ਚੱਲਦਾ ਉਹ ਕੰਮ ਕਾਰ ਕਾਹਨੂੰ ਪੁੱਛਦਾ ਹਾਂ ਦੋ ਪੈਸੇ ਵਧੀਆ ਵੀ ਬਣਦੇ ਨੇ ਅੱਛਾ ਪਰ ਸਾਲੇ ਖੜਦੇ ਨਹੀਂ ਹੈਗੇ ਮੁੰਡੇ ਨੂੰ ਕਰਦੀਆਂ ਟੱਟੀਆਂ ਲੱਗ ਰਹੀਆਂ ਨੇ ਹੈ ਉਹ ਨਹੀਂ ਖੜਦੀਆਂ ਦੱਸ ਕੀ ਕਰੀਏ ਕੁੜੀ ਕਹਿੰਦੀ ਆ ਬਾਬੇ ਫੀਸ ਜਿਹਨੂੰ ਪੈਸੇ ਚਾਹੀਦੇ ਨੇ ਹੁਣ ਸਾਰੇ ਆ ਫੀਸਾਂ ਫੂਸਾਂ 'ਚ ਹੀ ਲੰਘ ਜਾਂਦੇ ਨੇ ਫਿਰ ਲੋਕ ਕਹਿੰਦੇ ਨੇ ਪੜ੍ਹਾਉਂਦੇ ਨੇ ਜਵਾਕਾਂ ਨੂੰ ਪੜ੍ਹਾਉਂਦੇ ਪੜ੍ਹਾ ਕੇ ਕਰਾਂਗੇ ਕੀ ਇੰਨੀ ਕਮਾਈ ਹੈ ਹੀ ਨਹੀਂ ਕਮਾਈ ਹੈਗੀ ਇੰਨੀ ਠੀਕ ਹੈ ਦੱਸ ਕੀ ਕਰਾਂ ਆ ਜੁੱਤੀ ਟੁੱਟ ਗਈ ਨਾਲੇ ਤੇਰੀ ਮੇਖਾਂ ਲਾਈਆਂ ਹੋਈਆਂ ਨੇ ਜਿਹੜੀਆਂ ਇਹ ਤਾਂ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਚੰਦ ਚੜਾ ਕੇ ਲਿਆਵੇਂਗਾ ਵੀ ਬਾਬੇ ਦੇਖਾ ਆਪਾਂ ਤਾਂ ਤਾਂ ਕੱਟਦੀ ਹੈਗੀ ਅੱਜ ਨਾ ਆਪਣਾ ਤਾਂ ਜਵਾਬ ਹੈ ਪੂਰਾ ਹੋਰ ਕੌਣ ਕੱਟੂਗਾ ਤੇ ਮੇਰਾ ਤਾਂ ਦੇਖੇ ਚੀ ਉੱਤਰ ਹੈ ਤੇਰੀ ਜੁੱਤੀ ਦੇ ਹੱਥ ਲਾਉਣ ਨਾਲੋਂ ਨਾ ਮੈਂ ਨਹੀਂ ਕੱਟਦਾ ਨਾ ਗੱਲ ਮੁੱਕ ਦੀ ਗੱਲ ਮੈਂ ਨਹੀਂ ਕੱਟਦਾ ਫਿਰ ਉਹ ਪੈਸੇ ਨਹੀਂ ਦੇਣੇ ਮੈਂ ਜਿਹੜੇ ਪਿਛਲੇ ਰਹਿੰਦੇ ਨੇ ਹੁਣ ਆਹ ਵਧੀਆ ਡਰਾਮਾ ਤੇਰਾ ਨਾ ਤੈਨੂੰ ਚੰਗੀ ਧਾਰ ਕਰੀ ਮੈਂ ਹੋਰ ਫਿਰ ਹੁਣ ਮਾੜੇ ਜਿਹੇ ਪਿੱਛੇ ਮੋੜ ਲੱਗ ਰਿਹਾ ਨੂੰ ਤੂੰ ਵੀ ਧਾਰ ਕਰਨ ਹਟਾਵੇਂਗਾ ਚੰਗੇ ਬੰਦਿਆਂ ਦੀ ਪੜਤ ਖੋਵੇਂਗਾ ਤੂੰ ਗੱਲ ਨਹੀਂ ਕਹਾਣੀ ਹੱਥ ਵੀ ਕੰਬਣ ਲੱਗ ਜਾਂਦੇ ਨੇ ਮੇਰੇ ਤਾਂ ਜਦੋਂ ਤੇਰੀ ਜੁੱਤੀ ਦੇ ਹੱਥ ਲਾਉਣਾ ਕਿਉਂ ਨਿਰੀ ਮੇਖਾਂ ਮੇਖਾਂ ਹੋ ਰਹੀਆਂ ਨੇ ਦੱਸ ਕਿੱਥੇ ਹੱਥ ਪਾ ਕੇ ਲਾਵਾਂ ਲਾ ਦੇ ਮੈਨੂੰ ਤਾਂ ਦੱਸ ਕਿੱਥੇ ਜਾਣਾ ਨਾ ਤੂੰ ਕੀ ਕਰਦਾ ਕਿਵੇਂ ਤੋੜਦਾ ਮੈਂ ਤੈਨੂੰ ਦੱਸੂਗਾ ਪਹਿਲਾਂ ਮੇਖਾਂ ਲਾ ਕੇ ਫਿਰ ਦੱਸੇਗਾ ਹਾਂ ਫਿਰ ਦੱਸੂਗਾ ਆਖਰੀ ਵਾਰ ਲਾਊਂਗਾ ਮੈਂ ਹਾਂ ਚੱਲ ਆਖਰੀ ਵਾਰ ਫਿਰ ਨਹੀਂ ਲਾਉਂਦਾ ਲਾਉਂਦਾ ਹੈਗਾ ਮੈਂ ਤੂੰ ਐਂ ਕਰ ਬਾਬੇ ਹਾਂ ਇਹਨੂੰ ਗੈਸ ਬੈਲਟ ਵਾਲੇ ਲਵੇ ਲੈ ਜਾ ਕਿਉਂ ਨਿਰੀ ਪਿੱਤਲੇ ਪਿੱਤਲ ਲਵਾ ਲਿਆ ਤੇ ਫਿਰ ਖੜੂਗਾ ਇਹ ਖੜਦਾ ਇਹ ਖੜਨੀ ਫਿਰ ਵੀ ਨਹੀਂ ਖੜਦੇ ਉਹ ਤੇਰੇ ਖੁਰੜੇ ਨੇ ਕੀ ਨੇ ਬਾਬੇ ਆਹ ਦੇਖ ਲਾ ਪੈਰੇ ਜੀ ਕਾਹਨੂੰ ਨੇ ਖੁਰੜੇ ਜਾਨਵਰਾਂ ਵਰਗੇ ਤਾਂ ਹੋ ਰਹੇ ਨੇ ਜੁੱਤੀ ਨਾਲ ਵੀ ਨਾੜਾਂ ਹੀ ਬਿੰਦਨ ਕੀ ਹੁੰਦੀਆਂ ਨੇ ਲਾ ਲਾ ਕੇ ਮੈਂ ਹੁਣ ਦੱਸ ਦੇ ਮੈਨੂੰ ਦੇਖਦਾ ਨਹੀਂ ਫਿਰ ਮੈਂ ਕੱਲ ਤੋਂ ਜੁੱਤੀ ਨਹੀਂ ਕੱਢਦਾ ਦੱਸ ਕੀ ਕਰ ਕੰਮ ਕਰ ਫਿਰ ਮੇਰੀ ਕੰਨੀ ਕੰਮ ਕੀ ਕਰਦਾ ਹੁਣ ਕੰਨ ਕੀ ਤੇਰੇ ਲਵੇ ਖੋਲ ਕੇ ਕਰਦਾ ਉਰੇ ਆ ਜਾ ਤੂੰ ਤੂੰ ਨਾ ਆਈ ਹੈ ਚੋਰੀ ਕਰਨ ਕੋਈ ਨਹੀਂ ਪੁੱਛ ਸਕਦਾ
ਐ ਚੋਰੀ ਕਰਨ ਹੌਲੀ ਬੋਲਣਾ ਕੰਦਾਂ ਦੇ ਵੀ ਕੰਨ ਹੁੰਦੇ ਨੇ ਬਾਬੇ ਚੋਰ ਹੈ ਤੂੰ ਮੈਨੂੰ ਚੁੱਪ ਨਾ ਚੁੱਪ ਨਹੀਂ ਕਰਦਾ ਚੋਰੀ ਚੋਰੀ ਹੌਲੀ ਬੋਲਣਾ ਹੌਲੀ ਚੰਗਾ ਇਹ ਦੱਸ ਕਿੰਨੀ ਕੁ ਚੋਰੀ ਕਰ ਲੈਂਦੇ ਵਧੀਆ ਕਰ ਲੈਂਦੇ ਆ ਵਧੀਆ ਪੈਸੇ ਬਣ ਜਾਂਦੇ ਬੰਦਾ ਆਹੋ ਹੋਰ ਕੀ ਜਾਂਦੇ ਜਾਂਦੇ ਬਣ ਜਾਂਦੇ ਨੇ ਮੰਨ ਲਓ ਮਾਲ ਬਾਬੇ ਮੈਂ ਵੀ ਚੱਲਿਆ ਕਰੂੰ ਤੇਰੇ ਨਾਲ ਨਾ ਮੈਂ ਲੈ ਕੇ ਜਾਂਦਾ ਯਾਰ ਐ ਨਹੀਂ ਗੱਲ ਬਣਦੀ ਫਿਰ ਮੈਂ ਲੋਕਾਂ ਨੂੰ ਦੱਸੂਗਾ ਵੀ ਇਹ ਬਾਬਾ ਚੋਰੀ ਕਰਦਾ ਮੈਂ ਚੱਲੂਗਾ ਤੇ ਇੱਕ ਇੱਕ ਵਾਰੀ ਲੈ ਜਾ ਮੈਨੂੰ ਜੇ ਵਧੀਆ ਨਾ ਲੱਗਿਆ ਮੁੜ ਕੇ ਨਾ ਲੈ ਕੇ ਜਾਈ ਇੱਕ ਵਾਰੀ ਲੈ ਜਾ ਬਾਬਾ ਬਣ ਕੇ ਉਹ ਦੇਖੀ ਮੈਂ ਫੀਸ ਭਰ ਦੇ ਜਿਵੇਂ ਉਹਦੇ ਤੂੰ ਰੌਲਾ ਪਾਈਆਂ ਨਾ ਆਈ ਉੱਥੇ ਪਾਈਆਂ ਮੈਂ ਅਮਲਾ ਦਾ ਬਈ ਮੈਨੂੰ ਸੌ ਲੱਗੇ ਜੇ ਮੈਂ ਬੋਲਾਂ ਸਾਰੇ ਦਾ ਚੱਲ ਠੀਕ ਹੈ ਜਾ ਮੈਂ ਨਹੀਂ ਬੋਲਦਾ ਚੱਲ ਹੋ ਲੈ ਪੱਕਾ ਪੱਕਾ ਦੱਸ ਕਦੋਂ ਆਵਾਂ ਹੱਥ ਨਹੀਂ ਮਿਲਦੇ ਆ ਹੈ ਹੱਥ ਨਹੀਂ ਆਹੋ ਫਿਰ ਮੈਂ ਦੁਕਾਨ ਛੇਤੀ ਬੰਦ ਕਰਕੇ ਆ ਜਾਊਂ ਹੈ ਬੰਦ ਕਰਕੇ ਆ ਜੀ ਚੰਗਾ ਮੈਂ ਚੱਲਿਆ ਫਿਰ ਹੈ ਹੱਥ ਨੇ ਦੁਕਾਨ ਟਾਈਮ ਨਾਲ ਬੰਦ ਕਰਕੇ ਆ ਜੀ ਕਿੰਨੇ ਕੁ ਵਜੇ ਆਵਾਂ ਆ ਜੀ 8 ਕੁ ਵਜੇ ਆ ਜੀ ਮੇਰੇ ਕੋਲੇ ਤਾਂ ਨਹੀਂ 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 ਹਾਂ ਨਹੀਂ ਨਹੀਂ ਹਾਂ ਨਾਲੇ ਜਵਾਖਾਂ ਨੂੰ ਵੀ ਲਿਆਵਾਂ ਹਾਂ ਕਿਉਂ ਉੱਥੇ ਭੰਡਾਰਾ ਲੱਗਿਆ ਹੋਇਆ ਵੀ ਉਹ ਖਵਾਉਣਾ ਓਏ ਐ ਨਹੀਂ ਮਹਾ ਜਿਹੜਾ ਸਮਾਨ ਚੋਰੀ ਕਰਾਂਗੇ ਆਪਾਂ ਉਹਨੂੰ ਫੜਾਈ ਚੱਲਾਂਗੇ ਉਹ ਕੋਟੋ ਹੀ ਚੱਲਣਗੇ ਆਪਾਂ ਕੱਲਾ ਜੀ ਸੱਚਾ ਕੱਲਾ ਜੀ ਹੈ ਕੱਲਾ ਜੀ ਨੂੰ ਅੱਛਾ ਕੱਲਾ ਹਾਂ ਹਾਂ ਕੱਲਾ ਜੀ ਫਿਰ ਆਪਾਂ ਸਮਾਨ ਇਹਨੇ ਚੱਕ ਕੇ ਕਿ ਮਿਲਾਵਾਂਗੇ ਓਕੇ ਮੈਂ ਸਮਝਾਵਾਂ ਤੈਨੂੰ ਤੂੰ ਨਾਲ ਦਾ ਪਰ ਗੱਲ ਮੇਰੀ ਅੱਛਾ ਚੰਗਾ ਆ ਜੂਆ ਮੈਂ ਜਮਾ ਨਹੀਂ ਬੋਲਦਾ ਸੌ ਲੱਗੇ ਹੁਣ ਕਿਹੜਾ ਬੋਲਿਆ ਮੈਂ ਹਾਂ ਹੁਣ ਤਾਂ ਜਮੀ ਨਹੀਂ ਬੋਲਿਆ ਚੱਲ ਦੇਗਾ ਜੀ ਕਿਹੜੀ ਕਿਹੜੀ ਗਲੀ ਚ ਮਿਲਾਂਗੇ ਉੱਥੇ ਮਿਲਾਂਗੇ ਸਿੰਗਲੇ ਵਾਲੀ ਬੀਚ ਅੱਛਾ ਉਹ ਚੜਾਈ ਆ ਜਿਹੜੀ ਅੱਛਾ ਹਾਂ ਉਹ ਸਿੰਗਲਾ ਬਹੁਤ ਗੰਦਾ ਸੁਣਦਾ ਨਹੀਂ ਹੈਗਾ ਸਾਰੀ ਰਾਤ ਉਹ ਉੱਤੇ ਕੀ ਲੈਣਾ ਤੂੰ ਆ ਜੀ ਜਰਾ ਅੱਛਾ ਚੰਗਾ ਚਾਹਾਂਗੇ ਚੋਰੀ ਕਰ ਲਓ ਜਾਵਾਂਗੇ ਮੈਂ ਤਾਂ ਦੁਕਾਨ ਹੁਣੇ ਬੰਦ ਕਰ ਦੇਣਾ ਘਰੇ ਜਾ ਕੇ ਸੌਂਦੇ ਆ ਪਹਿਲਾਂ ਜੇ ਰਾਤ ਨੂੰ ਨੀਂਦ ਆਉਣ ਲੱਗ ਗਈ ਕੀ ਕਰਾਂਗੇ ਜੇ ਨਾ ਨਾਲ ਰਲਾਉਂਦਾ ਨਾ ਸਾਰੇ ਪਿੰਡ 'ਚ ਰੌਲਾ ਪਾ ਦਿੰਦਾ ਵੀ ਬਾਬਾ ਚੋਰੀ ਕਰਦਾ ਬਾਬਾ ਚੋਰੀ ਕਰਦਾ ਉਹ ਵੀ ਮਜਬੂਰੀ 'ਚ ਰਲਾਉਣਾ ਪੈ ਗਿਆ ਹੁਣ ਦੱਸ ਕਰੀਏ ਕੀ ਕਰੀਏ ਹਜੇ ਤੱਕ ਨਹੀਂ ਆਇਆ ਹਜੇ ਤੱਕ ਕਿਤੇ ਨਹੀਂ ਦਿੰਦਾ ਹੈਗਾ ਆਉਂਦਾ ਜਾਂਦਾ ਘੰਟਾ ਲੇਟ ਕਰਾਤਾ 8 ਵਜੇ ਕਿਹਾ ਜੀ ਆ ਘੰਟਾ ਲੇਟ ਕਰਾਤਾ ਹੁਣ ਲੱਗਦਾ ਜਿਵੇਂ ਆਉਂਦਾ ਹੁੰਦਾ ਤੁਰਿਆ ਤੋਰ ਤਾਂ ਦੇਖਾ ਹੋ ਗਿਆ ਤੇਰਾ ਟਾਈਮ ਓਏ ਮੈਂ ਤਾਂ ਕਾਲੀ ਮਾਤਾ ਦੇ ਮੰਦਿਰ 'ਚ ਵਗ ਗਿਆ ਸੀ ਉਹ ਤੂੰ ਪਹਿਲਾਂ ਵਗ ਜਾਂਦਾ ਫਿਰ ਉਹ ਪਹਿਲਾਂ ਕਿਵੇਂ ਵਗ ਜਾਂਦਾ ਆ ਮੱਥਾ ਟੇਕੋ ਤਾਂ ਉਹਦੀ ਬੱਲੇ ਬੱਲੇ ਕਰ ਦਿੰਦੀ ਹੈ ਕਾਲੀ ਮਾਤਾ ਕਰ ਦਿੰਦੀ ਆ ਮੈਂ ਤੈਨੂੰ 8 ਵਜੇ ਦਾ ਟਾਈਮ ਦੇ ਕੇ ਆਈ ਦੀ ਆ ਉਹ 8 ਵਜੇ ਨਹੀਂ ਤੂੰ ਦੇਖੀ ਦਾ ਕਾਲੀ ਮਾਤਾ ਆਪਣਾ ਇੰਨਾ ਸਾਥ ਦੇਊਗੀ ਓਏ ਬਹਿ ਜਾ ਹੁਣ ਓਏ ਇੱਥੇ ਥੋੜੀ ਕਹਿ ਜੀ ਥੱਲੇ ਬੈਠਣ ਨੂੰ ਇੱਥੇ ਕਹਿ ਜੀ ਬੈਠਣ ਮੈਂ ਡਰ ਗਿਆ ਜੀ ਮੈਂ ਕਿਹਾ ਕੋਈ ਆ ਗਿਆ ਕੋਈ ਆ ਗਿਆ ਬਹਿ ਜਾ ਓਏ ਆ ਛੱਡ ਦੇ ਹੱਥ ਕਿਵੇਂ ਸੱਜਰੀ ਸੂਈ ਵਾਂਗੂ ਪਾਰ ਖਿਆ ਓਏ ਸੱਜਰੀ ਸੂਈ ਨਹੀਂ ਹੁੰਦੀ ਹਾਂ ਓਏ ਸੱਜਰੀ ਵਿਆਹੀ ਹੁੰਦੀ ਹੈ ਫਿਰ ਤਾਂ ਐਂ ਲਾ ਲਾ ਚਲ ਉਹ ਡਰ ਲੱਗਦਾ ਵੀਰੇ ਕਿੱਥੇ ਲਿਆ ਤੂੰ ਓਏ ਆ ਖੜਾਣਾ ਆ ਉਰੇ ਉੱਥੇ ਐਸਾ ਉੱਥੇ ਗਲੀ 'ਚ ਖੜਾ ਹੁੰਦਾ ਕਿਸੇ ਦੇ ਹਾਂ ਵੀ ਪਤਾ ਲੱਗ ਜਾਂਦਾ ਵੀ ਕਿਹਦੀ ਖੜੀ ਆ ਕੀ ਕਰਨ ਆਈ ਨਹੀਂ ਓਏ ਰੇ ਪੂਤ ਜਾਊ ਵੀ ਜਿੰਬੜ ਕੋਈ ਇਹੀ ਜੀ ਚੋਰੀ ਕਰੀਆਂ ਮੈਨੂੰ ਲੱਗਦਾ ਤੂੰ ਉਹ ਮੈਂ ਪੂਤਾਂ ਥੋੜੀ ਫੜਨਾ ਆ ਮੈਂ ਤਾਂ ਪੈਸੇ ਚੱਕਣ ਆਇਆ ਸੀ ਉਹ ਫਿਰ ਡਰਦਾ ਕਿਉਂ ਆ ਜੇ ਪੈਸੇ ਚੱਕਣ ਆਏ ਦੀ ਚੱਲ ਫਿਰ ਨੀਚੇ ਕੋਈ ਲੈ ਗਿਆ ਕੋਈ ਨੀ ਲਿਆਂਦਾ ਇਹਦਾ ਚੋਰੀ ਦੀ ਆ ਕੋਈ ਚੱਕਰ ਨਹੀਂ ਹੁੰਦਾ ਇਹਦਾ ਬਾਬੇ ਬੰਦਾ ਪੰ ਪੈਰੇ ਵਾਲੇ ਨੇ ਉਹ ਬੰਦਾ ਹੈ ਪੈਰੇ ਵਾਲੇ ਨੇ ਕੋਈ ਤਾਂ ਆਸਕ ਦੀ ਆਸਕ ਹਾਂ ਮੈਨੂੰ ਵੀ ਲੱਗਿਆ ਫੋਨ ਤੋਂ ਚਲ ਤੂੰ ਚੱਲ ਕੇ ਪਾਣੀ ਪੀ ਲੈ ਨਾ ਉਹ ਆਪਦਾ ਕੰਮ ਕਰਦਾ ਪਾਉਂਦਾ ਕਰਦੀ
ਚਾਬੀਆਂ ਨਾਲ ਖੋਲ ਕੇ ਆਪਾਂ ਝੋਲੇ ਚ ਪਾ ਲੈਂਦੇ ਆ ਕੰਮ ਦੀ ਗੱਲ ਕਰ ਲਾ ਕੰਮ ਦੀ ਤੇਰੇ ਬਾਰਾ ਹੈ ਨੀ ਗੁਸਲਖਾਨੇ ਤੇ ਚੱਕ ਲਾ ਫਿਰ ਜਾਣੀ ਕੋਈ ਨੀ ਫਿਰ ਹੋਰ ਮੈਂ ਤੈਨੂੰ ਕੀ ਕਹਿਣਾ ਚੱਲ ਫਿਰ ਹੋਰ ਕੀ ਚੱਕਾਂਗੇ ਪੇਟੀ ਪੁੱਟੀਆਂ ਹੋਈਆਂ ਜਿੰਦਾ ਆਪਾਂ ਐ ਕਰ ਦਾਂਗੇ ਭੁੱਲਿਆ ਅੱਜ ਆਪਾਂ ਸ਼ਾਬਾਸ਼ੀ ਦੇਣਾ ਕੁੜਦਾ ਸ਼ਾਬਾਸ਼ੀ ਦੇਣਾ ਸ਼ਾਬਾਸ਼ੀ ਭੁੱਲਿਆ ਅਗਲੇ ਕਮਰੇ ਚ ਦੇਖ ਅਮੀਰ ਹੋ ਗਏ ਮੈਂ ਤਾਂ ਦੁਕਾਨ ਚ ਛੱਡ ਦੇਊਂਗਾ ਪੌੜੀਆਂ ਦਾ ਗੇਟ ਆ
ਤੇਰੀਆਂ ਨਾਲ ਮੁਸਕ ਬਹੁਤ ਵਧੀਆ ਆਉਂਦੀ ਆ। ਖਾਂਦੀ ਆ ਜੇ ਤੈਨੂੰ ਮੁਸਕ, ਮੈਨੂੰ ਖਾਣੇ ਦੀ ਉਹ ਸਮੈਲ ਆਉਂਦੀ ਆ। ਅੱਛਾ ਹਾਂ ਜੀ, ਹਰ ਜਗ੍ਹਾ ਤੇ ਦੇਖ ਕੇ ਚੱਲਾਂਗੇ, ਦੇਖ ਕੇ ਚੱਲਾਂਗੇ। ਕੀ ਦੇਖੀਆਂ ਮਰਮਾਏਗਾ ਤੂੰ, ਮੈਨੂੰ ਸਾਵੇਂਗਾ ਬਈ। ਦੋ ਮਿੰਟ ਕਰ ਤੂੰ ਇਹਨੂੰ ਖਾ, ਖੀਰ ਨੂੰ ਮੈਂ ਕਿਸੇ ਕਮਰੇ ਚ ਹੱਥ ਹੋਰ ਮਾਰ। ਮੈਨੂੰ ਡਰ ਲੱਗਦਾ ਹੋਰ ਮਾਰ ਮਿਲ ਜੂ ਅੱਗੇ ਤੋਂ। ਕਿਵੇਂ ਹਲਕੇ ਹੋਇਆ ਮਨ ਲੱਗ ਰਿਹਾ ਖਾਣਾ? ਤੱਤੀ ਪਈ ਹੈ ਉਹ ਝੁਲਸਲਾ ਬਾਬੇ। ਆ ਵੀ ਖੀਰ ਮੰਗਦਾ? ਉਹ ਨਹੀਂ ਮੰਗਦਾ ਇਹ ਖੀਰ, ਮੰਗਦਾ ਉਹ ਨਹੀਂ ਮੰਗ। ਓ ਬਾਬਾ ਆਏ 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 ਅਜਵਾਕ ਕਿੱਧਰ ਗਏ? ਅਜਵਾਕ ਆਏ ਬੱਟ ਅਰੇ ਕੀ ਹੋ ਗਿਆ ਬਾਬੇ ਦਾ? ਕੀ ਹੋ ਗਿਆ? ਉਹ ਤੁਸੀਂ ਤਾਂ ਚੁੱਪ ਕਰ ਜੋ ਸਾਰੇ। ਹਾਂ ਤੂੰ ਦੱਸ ਬਾਪੂ ਕੀ ਹੋ ਗਿਆ ਤੇਰੇ ਨਾਲ? ਝੂਠ ਬੋਲਦਾ, ਇਹ ਤਾਂ ਬਹੁਤ ਹਰਾਮ ਜ਼ਿਆਦਾ ਹੈ। ਮੈਂ ਦੱਸਦਾ ਜੀ ਕਿੱਥੋਂ ਦੀ ਆਏ ਤੇ, ਮੈਂ ਦੱਸਦਾ। ਉਹਦਾ ਬਾਬੇ ਤੇਰਾ ਵੀ ਦਿਮਾਗ ਹੱਲਦਾ ਜਮੀ, ਤੂੰ ਸੱਚ ਸੱਚ ਦੱਸ ਅਗਲਿਆਂ ਨੂੰ, ਆਪਾਂ ਚੋਰੀ ਕਰਨਾ ਆ। ਦੇਖ ਮੇਰੀ ਗੱਲ ਸੁਣ, ਮੈਂ ਤੁਹਾਡੀ ਕਾਲੀ ਗਊ, ਅਸੀਂ ਆਏ ਤੇ ਤੁਹਾਡੇ ਚੋਰੀ ਕਰਨ, ਹੈ ਪਰ ਅਸੀਂ ਕੰਧ ਉੱਤੋਂ ਨਹੀਂ ਆਏ। ਹਾਂ ਮੈਨੂੰ ਸੌਂ ਲੱਗੇ ਸੀ ਬਾਬੇ ਦੀ। ਹਾਂ ਮੈਨੂੰ ਕੋਨੇ ਵਾਲੇ ਬਾਬੇ ਦੀ ਸੌਂ ਜੇ, ਝੂਠ ਬੋਲਾਂ ਮੈਂ। ਮੈਂ ਦੱਸਦਾ, ਮੈਨੂੰ ਮਾਰ ਬਾਬੇ ਉਰਿਆ ਬਾਬੇ, ਮੇਰੇ ਨਾਲ ਚੱਲ, ਮੈਨੂੰ ਮੈਂ ਥੋੜਾ ਜਿਹਾ ਡਰ ਲੱਗਦਾ ਤਾਂ ਲੈ ਜਾਂਦਾ ਮੈਂ ਨਾਲ। ਖੀਰ 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 ਨਾ ਡੋਲਦੀ, ਮੈਂ ਤੈਨੂੰ ਦੱਸਦਾ ਅਸੀਂ ਆਏ। ਦੇਖੀ ਪਹਿਲਾਂ ਤਾਂ ਅਸੀਂ ਆਏ ਕਰਿਆ ਬਾਬੇ, ਜਦ ਤੂੰ ਉੱਥੇ ਨੀ ਸੁੱਤਾ ਪਿਆ ਸੀ, ਇਹ ਮੈਂ ਆਏ ਬਾਹਰ ਖੋਲਿਆ, ਦੇਖੀ ਇਹ ਆਏ ਕਰਕੇ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਬਈ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਆਪਣੀ ਆਪਣੀ ਰਾਏ ਜ਼ਰੂਰ ਦਿਆ ਕਰੋ, ਠੀਕ ਹੈ। ਤੇ ਬਈ ਇੰਸਟਾਗ੍ਰਾਮ ਦਾ ਤੇ ਫੇਸਬੁੱਕ ਪੇਜ ਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਤੇ ਉੱਥੇ ਜਾ ਕੇ ਫੋਲੋ ਜ਼ਰੂਰ ਕਰਿਓ ਤੇ ਨਵੇਂ ਨਵੇਂ ਅਪਡੇਟ ਉੱਥੇ ਸਾਨੂੰ ਸਾਰੇ ਦਿੰਦੇ ਰਹਾਂਗੇ ਡੇਲੀ ਦੇ। ਸੋ ਸਾਰਿਆਂ ਨੂੰ ਬਾਈ ਪਿਆਰ ਭਾਈ ਸਤਿ ਸ਼੍ਰੀ ਅਕਾਲ। ਲਵ ਜੂਆ ਟਰਾਲੀ ਭਰ ਕੇ।